ਲਓ ਜੀ, ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ, ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ, ਦਿਲ ਦਿਲ ਨਾਲ ਜੋੜ ਕੇ ਰੂਹ ਬਣਦੀ, ਇਹਨਾਂ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ। ਹਜ਼ੂਰ, ਪਿਆਰ ਮੁਹੱਬਤਾਂ ਵੰਡਣ ਦੇ ਲਈ, ਲੈਣ ਦੇ ਲਈ ਹਰ ਕੋਈ ਆਰਟਿਸਟ ਆਪਣਾ ਆਪਣੀ ਮੰਜ਼ਿਲ ਸ਼ੁਰੂ ਕਰਦਾ ਹੈ ਜੀ। ਔਰ ਅੱਜ ਇੱਕ ਐਸੇ ਹੀ ਮਣਕੇ ਦੇ ਨਾਲ ਆਪਣੇ ਸ਼ੋਅ ਢੋਲ ਵੱਜਦਾ ਦੇ ਵਿੱਚ ਗੱਲਬਾਤ ਹੋਏਗੀ, ਜਿਸ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਔਰ ਪਰ ਇਸ ਸ਼ੁਰੂ ਕਰਨ ਤੋਂ ਪਹਿਲਾਂ ਦਾ ਵੀ ਸਟਰਗਲ ਰਿਹਾ ਹੈ, ਸਭ ਜਾਣਾਂਗੇ। ਵੈਲਕਮ ਕਰਦੇ ਹਾਂ ਕਰਨ ਗਿੱਲ ਦਾ 94.3 ਮਾਇਆਪਮ ਦੇ। ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕਰਨ ਗਿੱਲ, ਤੁਸੀਂ ਸੁਣ ਰਹੇ ਹੋ 94.3 ਮਾਇਆਫਮ ਸ਼ੋਅ ਢੋਲ ਵੱਜਦਾ ਆਰਜੇ ਜੱਸੀ ਦੇ ਨਾਲ, ਜੀਓ ਦਿਲ ਸੇ। ਅਰੇ ਵਾਹ। ਅੱਛਾ ਕਰਨ ਭਾਅ ਜੀ, ਤੁਹਾਡਾ ਮਿਊਜ਼ਿਕ ਦਾ ਸਫ਼ਰ, ਇਹ ਤਾਂ ਪਤਾ ਹੈ ਕਿ ਵੀ ਹੁਣ ਸ਼ੁਰੂ ਹੋਇਆ, ਪਰ ਇਸ ਤੋਂ ਪਹਿਲਾਂ ਜਿਹੜਾ ਸਟਰਗਲ ਪੀਰੀਅਡ ਰਹਿੰਦਾ ਹੁੰਦਾ, ਇਹਦੇ ਬਾਰੇ ਬਹੁਤ ਲੋਕ ਜਾਣਦੇ ਨਹੀਂ ਹੁੰਦੇ, ਹੈ ਨਾ। ਪਰ ਵੈਸੇ ਆਪਾਂ ਅਗਰ ਇਸ ਦੇ ਉੱਤੇ ਨਜ਼ਰ ਮਾਰੀਏ, ਕਿੱਥੋਂ ਬਿਲੋਂਗ ਕਰਦਾ ਹੈ ਮੁੰਡਾ ਅਤੇ ਕਿਸ ਤਰ੍ਹਾਂ ਦਾ ਸਟਰਗਲ ਰਿਹਾ ਹਜੇ ਤੱਕ? ਮੈਂ ਬਿਲੋਂਗ ਕਰਦਾ ਜੀ ਫਿਰੋਜ਼ਪੁਰ ਸ਼ਹਿਰ ਤੋਂ, ਬਟ ਬਚਪਨ ਤੋਂ ਹੀ ਰਿਹਾ ਮੈਂ ਪਲਿਆ ਚੰਡੀਗੜ੍ਹ ਹੀ, ਮੇਰਾ ਸਕੂਲਿੰਗ ਸਾਰੀ ਚੰਡੀਗੜ੍ਹ ਦੀ ਹੋਈ ਹੈ ਜੀ। ਅੱਛਾ, ਐਂਡ ਸਟਰਗਲ ਕਾਫੀ ਰਿਹਾ, ਜਿੱਦਾਂ ਕਿ ਮੈਂ 2013 ਦੇ ਵਿੱਚ ਸੜਕਾਂ ਆਪਦਾ ਜਿਹੜਾ ਸਿੰਗਲ ਟਰੈਕ ਲਾਂਚ ਕੀਤਾ ਸੀ, ਬੜਾ ਪਿਆਰ ਦਿੱਤਾ ਸਰੋਤਿਆਂ ਨੇ। ਬਟ ਉਦੋਂ ਇੱਕ ਜ਼ਰੂਰ, ਮਤਲਬ ਕਿ ਉਦੋਂ ਸ਼ੁਰੂ ਕੀਤਾ ਜਦੋਂ ਉਦੋਂ ਇੰਨਾ ਸਟਰਗਲ ਦਾ ਨਹੀਂ ਸੀ ਪਤਾ, ਬਟ ਉਸ ਸਫ਼ਰ ਤੋਂ ਲੈ ਕੇ ਹੁਣ ਜਿਹੜੀ ਐਲਬਮ ਲੈ ਕੇ ਆਏ ਹਾਂ, ਉੱਥੋਂ ਤੱਕ ਜੋ ਅਸੀਂ ਸਫ਼ਰ ਕੀਤਾ ਹੈਗਾ ਉਹ ਬਹੁਤ ਸਟਰਗਲ ਸੀ ਉਹਦੇ ਵਿੱਚ, ਕਿਉਂਕਿ ਹਰ ਇੱਕ ਚੀਜ਼ ਦਾ ਦੇਖਣਾ ਪਰਖਣਾ, ਬਹੁਤ ਕੁਛ ਸਿੱਖਿਆ ਵੀ, ਬੜਾ ਕੁਛ ਗਵਾਇਆ ਵੀ, ਬੜਾ ਕੁਛ ਪਾਇਆ ਵੀ। ਬਿਲਕੁਲ। ਵੈਸੇ ਇਹਨਾਂ ਦਿਨਾਂ ਦੇ ਵਿੱਚ ਮਿਊਜ਼ਿਕ ਪੂਰੇ ਖੜਕੇ ਦੜਕੇ ਵਾਲਾ ਚੱਲ ਰਿਹਾ, ਮੰਡੀਰ ਵੀ ਖੜਕੇ ਦੜਕੇ ਨੂੰ ਚੱਕਦੀ ਹੈ, ਅਤੇ ਹੁਣ ਤੁਸੀਂ, ਤੁਹਾਡੀ ਡੈਬਿਊ ਐਲਬਮ ਹੈਗੀ ਹੈ, ਔਰ ਕਿਹੜੇ ਖੜਕੇ ਦੜਕੇ ਤੁਸੀਂ ਕਰਨ ਜਾ ਰਹੇ ਹੋ? ਜ਼ਰੂਰ ਜੀ, ਇਸੇ ਚੀਜ਼ ਨੂੰ ਧਿਆਨ 'ਚ ਰੱਖ ਕੇ, ਬਿਕੋਜ਼ ਮੇਰਾ ਜਿਹੜਾ ਸੁਭਾਅ ਹੈ ਉਹ ਵੀ ਥੋੜ੍ਹਾ ਜਿਹਾ ਖੜਕੇ ਦੜਕੇ ਵਾਲਾ ਹੀ ਹੈ। ਅੱਛਾ, ਇਸੇ ਕਰਕੇ ਜੀ ਮੇਰਾ ਐਲਬਮ ਦਾ ਨਾਮ ਵੀ ਖੜਕਾ, ਐਂਡ ਇਹਦੇ ਵਿੱਚ ਗਾਣਾ ਜਿਹੜਾ ਇੱਕ ਮੇਨ ਸਾਡਾ ਹੈਗਾ ਉਹ ਵੀ ਖੜਕਾ ਹੀ ਹੈ ਜੀ। ਬੜਾ ਰੂਹ ਨੂੰ ਬਹੁਤ ਚੰਗਾ ਲੱਗਦਾ, ਐਂਡ ਕੋਸ਼ਿਸ਼ ਕੀਤੀ ਹੈ ਕਿ ਉਹਦੇ ਨਾਲ ਜਸਟਿਸ ਹੋ ਸਕੇ। ਸੋ ਉਹਦੀਆਂ ਮੈਂ ਦੋ ਲਾਈਨਾਂ ਤੁਹਾਨੂੰ ਜ਼ਰੂਰ ਸੁਣਾਵਾਂ। ਪਲੀਜ਼ ਪਲੀਜ਼ ਪਲੀਜ਼। ਸੋ ਇਹ ਗਾਣਾ ਹੈ ਜੀ, ਓ ਸਾਲੇ ਮੈਨੂੰ ਘੇਰ ਕੇ ਖੜ ਗਏ, ਨਾ ਨਾ ਕਰਦੇ ਸਿਰ ਨੂੰ ਚੜ ਗਏ, ਮੈਂ ਵੀ ਕੰਨ ਤੇ ਮੌਜ਼ਰ ਧਰਤਾ, ਤੇਰੇ ਪਿੰਡ ਦੇ ਮੋੜ ਤੇ ਖੜ ਕੇ ਕਰਤਾ ਖੜਕਾ, ਤੇਰੇ ਪਿੰਡ ਦੇ ਮੋੜ ਤੇ ਖੜ ਕੇ ਕਰਤਾ ਖੜਕਾ, ਤੇਰੇ ਪਿੰਡ ਦੇ ਮੋੜ ਤੇ ਐਵੇਂ ਲਾਂਗੜ ਚੱਕੀ ਫਿਰਦੇ, ਮਾੜਾ ਮੈਨੂੰ ਤੱਕੀ ਫਿਰਦੇ, ਐਵੇਂ ਲਾਂਗੜ ਚੱਕੀ ਫਿਰਦੇ, ਮਾੜਾ ਮੈਨੂੰ ਤੱਕੀ ਫਿਰਦੇ, ਹੋ ਗਿਆ 302 ਦਾ ਪਰਚਾ, ਤੇਰੇ ਪਿੰਡ ਦੇ ਮੋੜ ਤੇ ਖੜ ਕੇ ਕਰਤਾ ਖੜਕਾ, ਤੇਰੇ ਪਿੰਡ ਦੇ ਮੋੜ ਤੇ ਖੜ ਕੇ ਕਰਦਾ ਖੜਕਾ, ਤੇਰੇ ਪਿੰਡ ਦੇ ਮੋੜ ਤੇ। ਬਹੁਤ ਖੂਬ ਕਰਨ। ਅੱਛਾ ਦੇਖੋ ਕਰਨ, ਅੱਜ ਕੱਲ੍ਹ ਦੀ ਮਾਰਕੀਟ ਦੇ ਵਿੱਚ ਬਹੁਤ ਸਿੰਗਰਸ ਹੈਗੇ ਆ, ਤੁਸੀਂ ਆਪਣੇ ਆਪ ਨੂੰ ਅਸਟੈਬਲਿਸ਼ ਕਰਨਾ ਇਹਦੇ 'ਚ, ਔਰ ਤੁਸੀਂ ਆਪਣੀ ਐਲਬਮ 'ਚ ਹਰ ਤਰ੍ਹਾਂ ਦਾ ਗੀਤ ਪਾਉਣਾ ਹੁੰਦਾ ਹੈਗਾ, ਹੈ ਨਾ, ਅਲੱਗ ਅਲੱਗ ਕੈਟੇਗਰੀਜ਼ ਹੁੰਦੀਆਂ ਨੇ। ਜੇ ਮੈਂ ਗੱਲ ਕਰਾਂ, ਜਿਵੇਂ ਤੁਸੀਂ ਆਪ ਯੰਗ ਹੋ, ਜਿਹੜੇ ਤੁਹਾਡੇ ਯਾਰ ਬੇਲੀ ਹੁੰਦੇ ਹੈ, ਹੈ ਨਾ, ਜਾਂ ਆਪਾਂ ਸੋਚ ਕੇ ਚੱਲਦੇ ਹੈਗੇ ਯਾਰ, ਮੈਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਇਆ, ਅਤੇ ਸਭ ਤੋਂ ਜ਼ਿਆਦਾ ਯਾਰ ਬੇਲੀ ਤੁਸੀਂ ਮਿਊਜ਼ਿਕ ਇੰਡਸਟਰੀ ਦੇ, ਕਿਹਨਾਂ ਨੂੰ ਮੰਨਦੇ ਹੋ ਅਤੇ ਉਹਨਾਂ ਦੇ ਲਈ ਕੀ ਖਾਸ ਕੀਤਾ? ਦੇਖੋ ਜੀ, ਮਿਊਜ਼ਿਕ ਇੰਡਸਟਰੀ ਦੇ ਬੜੇ ਯਾਰ ਦੋਸਤ ਬਣੇ, ਐਂਡ ਬੜੇ ਵਧੀਆ, ਹੁਣ ਅਸੀਂ ਇਕੱਠੇ ਵੀ ਸਾਰੇ ਚੱਲਦੇ ਹਾਂ। ਲਾਈਕ ਜਦੋਂ ਅਸੀਂ ਐਲਬਮ 'ਤੇ ਵਰਕਿੰਗ ਸ਼ੁਰੂ ਕੀਤੀ ਜੀ, ਓਬਵੀਅਸਲੀ ਤੁਸੀਂ ਬੜਾ ਵਧੀਆ ਗੱਲ ਕਹੀ ਕਿ ਇੱਕ ਐਲਬਮ ਜਿਹੜੀ ਹੁੰਦੀ ਹੈ ਉਹ ਆਹੀ ਹੁੰਦੀ ਹੈ ਜੀ ਕਿ ਉਹਦੇ ਵਿੱਚ ਹਰ ਜ਼ੋਨ ਦਾ ਗਾਣਾ ਹੋਵੇ, ਹਰ ਤਰੀਕੇ ਦਾ ਗਾਣਾ ਹੋਵੇ, ਸੋ ਦੈਟ ਤੁਹਾਡੀ ਜਿਹੜੀ ਅੰਦਰੋਂ ਕਲਾਕਾਰੀ ਉਹ ਵੀ ਬਾਹਰ ਆ ਸਕੇ। ਸੋ ਇਹੀ ਇੱਕ ਗਾਣਾ ਹੈਗਾ ਜੀ ਇਹਦੇ ਵਿੱਚ ਠੇਕਾ, ਜਿਹੜਾ ਮੇਰੇ ਯਾਰ ਦੋਸਤ ਜਿੰਨੇ ਹੈਗੇ ਨੇ ਉਹਨਾਂ ਨੂੰ ਬਹੁਤ ਪਸੰਦ ਸੀ, ਜਿਹੜੇ ਅਸੀਂ ਹੁਣ ਨਵਾਂ ਆਪਦਾ ਸਫ਼ਰ ਸ਼ੁਰੂ ਕੀਤਾ, ਬਿਕੋਜ਼ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਉਣ ਦੇ ਨਾਲ ਥੋੜ੍ਹੇ ਥੋੜ੍ਹੇ ਜਿਹੇ ਫਰੈਂਡਸ ਸਰਕਲ ਬਣ ਜਾਂਦਾ। ਸੋ ਠੇਕਾ ਗਾਣਾ 'ਚ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਨਹੀਂ, ਇਹ ਜਿਹੜਾ ਗਾਣਾ ਹੈਗਾ, ਹੈ ਨਾ, ਕਿ ਤੁਸੀਂ ਪਾਉਣਾ ਹੀ ਪਾਉਣਾ। ਸੋ ਉਹਨਾਂ ਲਈ ਇਹ ਫਸਟ ਨੰਬਰ ਦਾ ਗਾਣਾ ਜੀ, ਮਤਲਬ ਕਿ ਐਲਬਮ ਦੇ ਵਿੱਚ ਵੀ ਅਸੀਂ ਪਹਿਲੇ ਨੰਬਰ 'ਤੇ ਰੱਖਿਆ। ਅੱਛਾ, ਹਾਂਜੀ। ਸੋ ਇਹ ਗਾਣਾ ਕੀ ਕਹਿੰਦਾ? ਇਹ ਗਾਣਾ, ਇਹ ਗਾਣਾ ਕਹਿੰਦਾ ਜੀ, ਉਹ ਠੇਕੇ ਵਾਲੇ ਆਹ ਉੱਠ ਯਾਰਾ ਵੱਜ ਗਏ ਨੇ ਤੜਕੇ ਦੇ ਚਾਰ, ਓਏ ਕਦੋਂ ਦਾ ਮੈਂ ਖੜਾ ਖੜਕਾਈ ਜਾਵਾਂ ਬਾਹਰ, ਓਏ ਉੱਠ ਯਾਰਾ ਵੱਜ ਗਏ ਨੇ ਤੜਕੇ ਦੇ ਚਾਰ, ਓਏ ਕਦੋਂ ਦਾ ਮੈਂ ਖੜਾ ਖੜਕਾਈ ਜਾਵਾਂ ਬਾਹਰ, ਓਏ ਉਹ ਜਿਹੜੀ ਛੱਡ ਕੇ ਗਈ ਅੱਧ ਵਾਟੇ, ਉਹ ਜਿਹੜੀ ਛੱਡ ਕੇ ਗਈ ਅੱਧ ਵਾਟੇ, ਉਹ ਦਿਲ ਚੋਂ ਪਲਾਉਣੀਆਂ, ਉਹ ਠੇਕੇ ਵਾਲਿਆ ਖੋਲ ਦੇ ਠੇਕਾ ਮੈਂ ਕੁੱਟ ਲਾਉਣੀਆਂ, ਉਹ ਠੇਕੇ ਵਾਲਿਆ ਖੋਲ ਦੇ ਠੇਕਾ ਅੱਜ ਕੁੱਟ ਲਾਉਣੀਆਂ। ਅਰੇ ਵਾਹ,
ਸੂਫੀ ਦਾ ਤਾਂ ਮੇਰਾ ਇੱਕ ਪਲ ਵੀ ਨੀ ਲੰਘਦਾ, ਤੋੜ ਗਈ ਉਹ ਦਿਲ ਮੇਰਾ ਸੀਨਾ ਹੁਣੇ ਡੰਗਤਾ। ਸੂਫੀ ਦਾ ਤਾਂ ਮੇਰਾ ਇੱਕ ਪਲ ਵੀ ਨੀ ਲੰਘਦਾ, ਤੋੜ ਗਈ ਉਹ ਦਿਲ ਮੇਰਾ ਸੀਨਾ ਹੁਣੇ ਡੰਗਤਾ। ਹੋਏ ਉਹਦੇ ਬਿਨਾਂ ਆ ਗੁਜ਼ਾਰਾ ਹੁਣ ਕਰਨਾ, ਉਹਦੇ ਬਿਨਾਂ ਆ ਗੁਜ਼ਾਰਾ ਹੁਣ ਕਰਨਾ, ਤੇ ਮਗਰੋਂ ਲਾਉਣੀਆਂ ਉਹ ਠੇਕੇ ਵਾਲੇ ਆ ਖੋਲ ਦੇ ਠੇਕਾ, ਮੈਂ ਕੁੱਟ ਲਾਉਣੀਆਂ, ਉਹ ਮੈਂ ਕੁੱਟ ਲਾਉਣੀਆਂ। ਅਰੇ ਬਹੁਤ ਖੂਬ, ਬਹੁਤ ਖੂਬ। ਅੱਛਾ ਦੇਖੋ, ਮੈਂ ਨਾ ਇੱਕ ਗੱਲ ਦਾ ਅੰਦਾਜ਼ਾ ਲਾਉਂਦਾ ਹੁੰਦਾ, ਅਸੀਂ ਮਾਇਆ ਪਿੰਡ ਸ਼ੋਅ ਕਰੀਦਾ ਹੈ ਨਾ, ਅਤੇ ਇੱਕ ਗੱਲ ਦਾ ਮੈਂ ਅੰਦਾਜ਼ਾ ਲਾਉਂਦਾ ਹੁੰਦਾ, ਸਭ ਤੋਂ ਜ਼ਿਆਦਾ ਮਿਊਜ਼ਿਕ ਡਰਾਈਵਰ ਸੁਣਦੇ ਹੈ ਡਰਾਈਵ ਕਰਦੇ ਹੋਏ ਗੱਡੀਆਂ, ਅਤੇ ਇਹ ਕੀ ਐਸਾ ਕੁਛ ਸਿੰਗਰ ਦੇ ਦਿਮਾਗ 'ਚ ਵੀ ਚੱਲਦਾ ਯਾਰ, ਮੈਂ ਗਾਣੇ ਜਿਹੜੇ ਲਿਖਣੇ ਹੈ ਅਤੇ ਮੈਂ ਕੁਛ ਇਸ ਦੇ ਅਰਾਊਂਡ ਵੀ ਲਿਖਣੇ ਆ, ਉਹਨਾਂ ਦਾ ਵੀ ਖਿਆਲ ਰੱਖਣਾ ਹੈ ਜਿਹੜੇ ਸਭ ਤੋਂ ਜ਼ਿਆਦਾ ਡਰਾਈਵਿੰਗ ਕਰਦੇ ਆ? ਹਾਂਜੀ ਦੇਖੋ, ਬਿਕੋਜ਼ ਅਸੀਂ ਵੀ ਹੁਣ ਜਿੱਦਾਂ ਡਰਾਈਵਿੰਗ ਬਹੁਤ ਕਰੀਦੀ ਹੈ, ਐਂਡ ਕਈ ਵਾਰੀ ਇੱਦਾਂ ਹੀ ਹੁੰਦਾ ਬਿਕੋਜ਼ ਤੁਸੀਂ ਜਦੋਂ ਡਰਾਈਵ ਕਰਦੇ ਹੋ ਸਮਟਾਈਮਸ ਤੁਸੀਂ ਇਕੱਲੇ ਹੁੰਦੇ ਹੋ ਤਾਂ ਸਿਰਫ ਇੱਕ ਮਿਊਜ਼ਿਕ ਹੀ ਹੁੰਦਾ ਜਿਹੜਾ ਤੁਹਾਡਾ ਸਾਥ ਦਿੰਦਾ। ਸੋ ਮੇਰੀ ਜਿੱਦਾਂ ਕਾਫੀ ਫਰੈਂਡਸ ਨੇ ਵੀ ਕਿਹਾ ਕਿ ਜਿਹੜੇ ਟਰੱਕ ਡਰਾਈਵਰ ਨੇ ਜਾਂ ਬੱਸਾਂ ਵਾਲੇ ਨੇ ਆਪਣੇ, ਹੈ ਨਾ, ਕਿ ਉਹਨਾਂ 'ਤੇ ਵੀ ਕੁਛ ਲਿਖੋ, ਐਂਡ ਕੋਸ਼ਿਸ਼ ਕੀਤੀ ਹੈ ਜੀ, ਐਂਡ ਇਹ ਇੱਕ ਮੈਸੇਜ ਵੀ ਗਾਣਾ ਦਿੰਦਾ, ਬਿਕੋਜ਼ ਜੋ ਅੱਜ ਦਾ ਮਾਹੌਲ ਵੀ ਹੈ, ਜਿੱਦਾਂ ਦਾ ਅੱਜ ਕੱਲ੍ਹ ਡਰੱਗ ਅਬਿਊਜ਼ ਹੋ ਰਿਹਾ, ਜੋ ਕੁਛ ਹੋ ਰਿਹਾ, ਸੋ ਅਸੀਂ ਕੋਸ਼ਿਸ਼ ਕੀਤੀ ਇਸ ਚੀਜ਼ ਨੂੰ ਕਿ ਇੱਕ ਟਰੱਕ ਡਰਾਈਵਰ ਦੀ ਲਾਈਫ ਜਿਹੜੀ ਹੈਗੀ ਹੈ ਸਵੇਰ ਤੋਂ ਰਾਤ ਤੱਕ, ਇਹ ਅਸੀਂ ਅੱਗੇ ਵੀਡੀਓ ਵੀ ਇਹਦਾ ਕਰ ਰਹੇ ਹਾਂ, ਮਤਲਬ ਕਿ ਹੋ ਚੁੱਕਿਆ ਮੋਸਟਲੀ। ਅੱਛਾ, ਸੋ ਇਹ ਗਾਣਾ ਹੈਗਾ ਜੀ ਇੱਦਾਂ ਕਿ ਇੱਕ ਟਰੱਕ ਡਰਾਈਵਰ ਦੀ ਲਾਈਫ ਆ, ਜਦੋਂ ਸੁਬਾਹ ਉਹ ਉੱਠ ਕੇ ਆਪਦੇ ਟਰੱਕ ਦੀ ਸੈਲਫ ਮਾਰਦਾ ਤੇ ਰਾਤ ਨੂੰ ਜਦੋਂ ਜਾ ਕੇ ਲੋਡ ਲਾਉਂਦਾ। ਅੱਛਾ, ਇਸ ਟਾਈਮ ਦੌਰਾਨ ਉਹਦੇ ਨਾਲ ਕੀ ਹੁੰਦਾ? ਅਰੇ ਵਾਹ, ਆਣ ਦਿਓ ਕੀ ਕਹਿੰਦਾ ਹੈਗਾ? ਸੋ ਇਹ ਹੈ ਜੀ, ਰਾਤ ਨੂੰ ਦਾਰੂ ਸਵੇਰੇ ਮਾਵਾ, ਉਹ ਖਾ ਕੇ ਕਰੀਏ ਚਿੱਤ ਪਰਚਾਵਾ, ਫੇਰ ਕੋਈ ਫਿਕਰ ਨਾ ਰਹਿੰਦਾ, ਉਹ ਵੇਖੀ ਜਾਊ ਜੋ ਵੀ ਹੋਣਾ, ਜੱਟ ਨਜ਼ਾਰੇ ਲੈਂਦਾ, ਉਹ ਵੇਖੀ ਜਾਊ ਜੋ ਵੀ ਹੋਣਾ, ਜੱਟ ਨਜ਼ਾਰੇ ਲੈਂਦਾ, ਵੇਖ ਕੇ ਮੁੰਦਰੀ ਤੋਂ ਲੱਕ ਪਤਲਾ, ਨਿਕਲ ਜਾਏ ਜਾਣ ਤੇ ਬਣ ਜਾਏ ਮਸਲਾ, ਵੇਖ ਕੇ ਮੁੰਦਰੀ ਤੋਂ ਲੱਕ ਪਤਲਾ, ਨਿਕਲ ਜਾਏ ਜਾਣ ਤੇ ਬਣ ਜਾਏ ਮਸਲਾ, ਫਿਰ ਭੁੱਲ ਕੇ ਸਾਰਾ ਖਤਰਾ, ਮੁੱਲ ਤਾਂ ਪਾਉਣਾ ਹੀ ਪੈਂਦਾ, ਓਏ ਹੋ ਵੇਖੀ ਜਾਊ ਜੋ ਵੀ ਹੋਣਾ, ਜੱਟ ਨਜ਼ਾਰੇ ਲੈਂਦਾ, ਓਏ ਹੋ ਵੇਖੀ ਜਾਊ ਜੋ ਵੀ ਹੋਣਾ, ਜੱਟ ਨਜ਼ਾਰੇ ਲੈਂਦਾ, ਓਏ। ਬਹੁਤ ਖੂਬ। ਦੇਖੋ ਕਰਨ, ਜਿਹੜੇ ਤਾਂ ਬੀਟ ਸੌਂਗਸ ਹੁੰਦੇ ਹੈਗੇ, ਹੈ ਨਾ, ਤਾਂ ਮਿਊਜ਼ਿਕ ਦਾ ਬੜਾ ਵਧੀਆ ਸਾਥ ਬੀਟ ਸੌਂਗਸ ਨੂੰ ਮਿਲਦਾ ਹੈਗਾ, ਹੈ ਨਾ, ਕਿ ਵੀ ਨੱਚਣ 'ਤੇ ਮਜਬੂਰ ਕੀਤਾ ਜਾਵੇ, ਪਰ ਇਹਦੇ ਨਾਲ ਨਾਲ ਕੁਛ ਸੌਂਗਸ ਐਸੇ ਵੀ ਰਹਿੰਦੇ ਆ ਜਿਹਦੇ 'ਚ ਤੁਹਾਨੂੰ ਮਿਊਜ਼ਿਕ ਦਾ ਬਹੁਤਾ ਸਾਥ ਨਹੀਂ ਮਿਲਦਾ, ਤੁਹਾਡੀ ਆਵਾਜ਼ ਦੀ ਪਰਖ ਹੁੰਦੀ ਹੈ ਉਹਨਾਂ ਗਾਣਿਆਂ ਦੇ ਥਰੂ, ਕੋਈ ਐਸਾ ਗਾਣਾ ਵੀ ਰਿਹਾ? ਹਾਂਜੀ, ਐਜ਼ ਜਿੱਦਾਂ ਤੁਹਾਨੂੰ ਦੱਸਿਆ ਕਿ ਐਲਬਮ ਤਾਂ ਇੱਕ ਸਾਰਾ ਸੁਮੇਲ ਹੁੰਦਾ ਹਰ ਇੱਕ ਚੀਜ਼ ਦਾ, ਸੋ ਇੱਕ ਸੈਡ ਸੌਂਗ ਜਿਹਦੇ ਵਿੱਚ ਤੁਹਾਡੀ ਫੀਲਿੰਗ ਜੁੜੀ ਹੁੰਦੀ ਹੈ ਨਾ ਜੀ, ਅਸੀਂ ਇੱਕ ਸੈਡ ਸੌਂਗ ਪਾਇਆ ਜੀ, ਇਹਦੇ ਵਿੱਚ ਉਹਦਾ ਸੈਡ ਸੌਂਗ ਦਾ ਨਾਂ ਹੈ ਚੰਨ। ਅੱਛਾ, ਸੋ ਉਹ ਕੀ ਹੁੰਦਾ ਜਿੱਦਾਂ ਜੀ, ਤੁਹਾਨੂੰ ਗਾ ਕੇ ਜ਼ਿਕਰ ਕਰਦੇ ਇਸ ਚੀਜ਼ ਦਾ? ਅਰੇ ਆਣ ਦਿਓ ਪਲੀਜ਼। ਹੋ ਮੈਂ ਅੱਜ ਵੀ ਉਸੇ ਥਾਂ ਤੇ ਖੜਕੇ ਤੱਕਾਂ ਚੰਨ ਨੂੰ, ਓਏ ਜਿੱਥੇ ਕਦੇ ਤੂੰ ਖੜਕੇ ਮੈਨੂੰ ਤੱਕਦੀ ਹੁੰਦੀ ਸੀ, ਕੀ ਹੋਇਆ ਜੇ, ਹੋ ਕੀ ਹੋਇਆ ਜੇ, ਕੀ ਹੋਇਆ ਜੇ, ਬਦਲ ਗਏ ਅੱਜ ਸਾਡੇ ਰਸਤੇ, ਓਏ ਕਿਸੇ ਜ਼ਮਾਨੇ ਯਾਰ ਤੇ ਤੂੰ ਵੀ ਮਰਦੀ ਹੁੰਦੀ ਸੀ, ਕੀ ਹੋਇਆ ਜੇ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਕਰਨ। ਆਹੀ ਗੱਲ ਹੁੰਦੀ ਹੈ ਕਿ ਵੀ ਜਦੋਂ, ਕਿਉਂਕਿ ਤੁਸੀਂ ਮਹਿਫਿਲ ਦੇ ਵਿੱਚ ਇਹੋ ਜਿਹੇ ਗਾਣੇ ਗਾਓਗੇ, ਹੈ ਨਾ, ਕਿਉਂਕਿ ਜਦੋਂ ਲਾਈਵ ਸ਼ੋਅਜ਼ ਹੁੰਦੇ ਆ ਉਦੋਂ ਬੀਟ ਵਾਲੇ ਚੱਲਦੇ ਹੁੰਦੇ ਆ, ਜਦੋਂ ਯਾਰਾਂ ਦੋਸਤਾਂ ਦੀ ਮਹਿਫਿਲ ਹੁੰਦੀ ਹੈ, ਹੈ ਨਾ, ਉਦੋਂ ਇੱਦਾਂ ਦੇ ਗਾਣੇ ਵੀ ਸਾਹਮਣੇ ਆਉਂਦੇ ਆ, ਬਿਕੋਜ਼ ਇਹ ਬੜਾ ਪਸੰਦ ਕਰ ਰਹੇ ਜੀ ਲੋਕ, ਸਾਰੇ ਫਰੈਂਡਸ ਵੀ, ਐਂਡ ਚੰਨ ਬੜਾ ਡਿਫਰੈਂਟ ਗਾਣਾ। ਇਹ ਵੀ ਗੱਲ। ਅੱਛਾ ਅੱਛਾ ਕਰਨ ਦੇਖੋ, ਜਿਵੇਂ ਹੁਣ ਤੁਸੀਂ ਆਪ ਇਸੇ ਸਮਾਜ ਦੇ ਵਿੱਚੋਂ ਹੀ ਨਿਕਲੇ ਹੋ, ਹੈ ਨਾ, ਤੁਸੀਂ ਬਹੁਤ ਚੀਜ਼ਾਂ ਨੂੰ ਓਬਜ਼ਰਵ ਕਰਦੇ ਹੋ, ਆਪ ਦੇਖਦੇ ਹੋ, ਫਿਰ ਤੁਹਾਨੂੰ ਲੱਗਦਾ ਯਾਰ ਆਹ ਚੀਜ਼ ਇੱਦਾਂ ਹੋ ਰਹੀ ਹੈ, ਯਾਰ ਮੈਂ ਇਸ ਚੀਜ਼ ਦੇ ਉੱਤੇ ਗਾਣਾ ਬਣਾਉਣਾ, ਅਤੇ ਕੁਛ ਇੱਦਾਂ ਵੀ ਰਿਹਾ ਕਰਨ ਨਾਲ ਆਪ ਉਹ ਚੀਜ਼ਾਂ ਘੋਖੀਆਂ ਪਰਖੀਆਂ ਹੋਣ, ਅਤੇ ਫਿਰ ਕਰਨਾ ਉਸਦੇ ਮੁਤਾਬਿਕ ਯਾਰ ਮੈਂ ਇਹ ਗਾਣੇ ਨੂੰ ਇੱਦਾਂ ਢਾਲਣਾ। ਹਾਂਜੀ ਜ਼ਰੂਰ, ਮੈਂ ਜ਼ਿਕਰ ਕਰਨਾ ਚਾਹੁੰਦਾ, ਜਦੋਂ ਜੀ ਐਕਚੁਲੀ ਮੈਂ ਪਹਿਲਾਂ ਸੜਕਾਂ ਗਾਣਾ ਲਿਖਿਆ ਸੀ ਨਾ ਜੀ, ਐਂਡ ਉਹਦਾ ਜਦੋਂ ਅਸੀਂ ਲਾਂਚ ਕੀਤਾ, ਉਦੋਂ ਮੈਨੂੰ ਕਾਫੀ ਲੋਕਾਂ ਨੇ ਇਹ ਸਵਾਲ ਕੀਤਾ ਕਿ ਤੁਸੀਂ ਜੀ ਇੰਡਸਟਰੀ ਦੇ ਵਿੱਚ ਆ ਰਹੇ ਹੋ, ਅਤੇ ਅੱਜ ਕੱਲ੍ਹ ਹਰ ਇੱਕ ਬੰਦਾ ਕੁੜੀਆਂ ਦੇ ਖਿਲਾਫ ਹੀ ਗੱਲ ਕਰਦਾ। ਅੱਛਾ,
ਤਾਂ ਮੈਂ ਉਹਨਾਂ ਨੂੰ ਉਦੋਂ ਦੱਸਿਆ ਕਿ ਜੀ ਮੈਂ ਕੁੜੀਆਂ ਦੇ ਖਿਲਾਫ਼ ਕੋਈ ਗੱਲ ਨਹੀਂ ਕੀਤੀ ਉਦੋਂ ਵੀ, ਐਂਡ ਉਹ ਚੀਜ਼ ਕਿਤੇ ਨਾ ਕਿਤੇ ਮੇਰੇ ਅੰਦਰ ਘਰ ਕਰ ਗਈ ਸੀਗੀ ਕਿ ਵਾਕਈ ਅੱਜ ਕੱਲ੍ਹ ਜੋ ਆਪਾਂ ਦੇਖਦੇ ਹਾਂ ਕਿ ਹਰ ਇੱਕ ਬੰਦਾ ਮਤਲਬ ਕਿ ਮੋਸਟਲੀ ਜਿਹੜੇ ਗਾਣੇ ਆਉਂਦੇ ਨੇ ਰੈਪ ਆਉਂਦਾ ਉਹਦੇ 'ਚ ਕੁੜੀਆਂ ਨਾਲ ਕੀ ਕੁਛ ਜਾਂ ਤੁਹਾਡੇ ਸਾਹਮਣੇ ਹੀ ਹੈ। ਸੋ ਮੇਰਾ ਦਿਲ ਦੀ ਇੱਕ ਤਮੰਨਾ ਸੀ ਜੀ ਕਿ ਕੋਈ ਇਹੋ ਜਿਹਾ ਗਾਣਾ ਪੇਸ਼ ਕੀਤਾ ਜਾਵੇ ਜਿਹੜਾ ਕੁੜੀਆਂ ਦੇ ਹੱਕ ਦੀ ਗੱਲ ਕਰੇ, ਕਿਉਂਕਿ ਹਰ ਇੱਕ ਕੁੜੀ ਜਾਂ ਹਰ ਇੱਕ ਲੜਕੀ ਕੋਈ ਵੀ ਹੈ, ਹਰ ਇੱਕ ਬੰਦਾ ਇੱਕ ਬਰਾਬਰ ਤਾਂ ਨਹੀਂ ਜੀ ਹੁੰਦਾ। ਸੋ ਹਰ ਇੱਕ ਨਾਲ ਅੱਡ ਅੱਡ ਸਿਸਟਮ ਹੁੰਦਾ ਜੀ। ਸੋ ਅਸੀਂ DC ਗਾਣਾ ਜਿਹੜਾ ਲਾਂਚ ਕਰ ਚੁੱਕੇ ਹਾਂ ਜੀ, ਉਹਦਾ ਵੀਡੀਓ ਵੀ ਲਾਂਚ ਕਰ ਚੁੱਕੇ ਹਾਂ। ਇਹ ਗਾਣਾ ਮੈਂ ਇਸੇ ਮੈਟਰ 'ਤੇ ਹੀ ਲਿਖਿਆ ਜੀ ਸਾਰਾ। ਅੱਛਾ, ਕੀ ਕਹਿੰਦੇ? ਇਹ ਗਾਣਾ ਹੈ ਜੀ, ਉਹ ਸਿਰੇ ਦੀ ਦਲੇਰ ਮੁਟਿਆਰ ਨਾਲ ਯਾਰੀ, ਅੱਗ ਦੀ ਲਾਟ ਜੀ ਦੀ ਯਾਰ ਨਾਲ ਯਾਰੀ, ਉਹ ਜਿਹੜੀ ਕਰਦੀ ਆ ਗੱਲਾਂ ਘੋਟ ਘੋਟ ਮੁੰਡੇ, ਉਹ ਮੈਨੂੰ DC ਜਿੰਨੀ, DC ਜਿੰਨੀ ਜੱਟੀ ਦੀ ਸਪੋਰਟ ਮੁੰਡੇ, ਉਹ ਮੈਨੂੰ DC ਜਿੰਨੀ, DC ਜਿੰਨੀ ਜੱਟੀ ਦੀ ਸਪੋਰਟ ਮੁੰਡੇ, ਉਹ ਮੈਨੂੰ DC ਜਿੰਨੀ, ਆ ਗਿਆ ਸਵਾਦ ਯਾਰੀ ਲਾ ਕੇ ਉਹਦੇ ਨਾਲ, ਓਏ ਅੱਜ ਤੱਕ ਉਹਨੇ ਕੋਈ ਪਾਇਆ ਨਾ ਸਵਾਲ, ਓਏ ਹੋ ਨਾ ਹੀ ਚੱਕਵੀਂ ਤੇ ਨਾ ਹੀ ਕੋਈ ਖੋਟ ਮੁੰਡੇ, ਉਹ ਮੈਨੂੰ DC ਜਿੰਨੀ, DC ਜਿੰਨੀ ਜੱਟੀ ਦੀ ਸਪੋਰਟ ਮੁੰਡੇ, ਉਹ ਮੈਨੂੰ DC ਜਿੰਨੀ, DC ਜਿੰਨੀ ਜੱਟੀ ਦੀ ਸਪੋਰਟ ਮੁੰਡੇ, ਉਹ ਮੈਨੂੰ DC ਜਿੰਨੀ। ਬਹੁਤ ਵਧੀਆ, ਇਹ ਚੀਜ਼ ਬਾਕੀ ਪਹਿਲੀ ਵਾਰੀ ਮੈਂ ਸੁਣ ਰਿਹਾ ਹੈਗਾ, ਹੈ ਨਾ, ਕਿ ਵੀ ਕੁੜੀ ਦੀ ਸਪੋਰਟ ਵੀ DC ਜਿੰਨੀ। ਵੈਰੀ ਗੁੱਡ। ਅੱਛਾ ਕਰਨ ਦੇਖੋ ਇੱਦਾਂ ਹੁੰਦਾ ਕਿ ਬਹੁਤ ਸਾਰੇ ਗਾਣੇ ਬਹੁਤ ਸਾਰੇ ਸਿੰਗਰਸ ਗਾਉਂਦੇ ਹੈਗੇ ਹੈ, ਲੇਕਿਨ ਕਰਨ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਵੱਖਰਾ ਹੋਵੇ ਸਭ ਤੋਂ, ਉਹ ਹੁੰਦਾ ਕਿ ਵੀ ਯਾਰ ਮੈਂ ਇਸ ਚੀਜ਼ ਦੇ ਉੱਤੇ ਐਕਸਪੈਰੀਮੈਂਟ ਕਰਾਂ, ਕਿ ਵੀ ਯਾਰ ਉਹ ਹੁੰਦੀ ਕਿ ਨਵੀਂ ਜੀ ਕੁਛ ਚੀਜ਼ ਤੁਸੀਂ ਗੱਲ ਕਰਨੀ, ਹੈ ਨਾ, ਅਤੇ ਕੁਛ ਐਸਾ ਵੀ ਤੁਸੀਂ ਆਪਣੀ ਐਲਬਮ ਦੇ ਥਰੂ ਕੋਈ ਗਾਣਾ ਦਿੱਤਾ ਕੋਈ ਐਕਸਪੈਰੀਮੈਂਟ ਜੀ? ਐਕਚੁਲੀ ਅਸੀਂ ਕੋਸ਼ਿਸ਼ ਕੀਤੀ ਹੈ ਜੀ ਇੱਕ ਕਿ ਆਈਟਮ ਟਰੈਕ ਲੈ ਕੇ ਆਏ ਹਾਂ ਜੀ ਐਲਬਮ ਦੇ ਵਿੱਚ। ਅੱਛਾ, ਦਿਸ ਇਜ਼ ਅ ਡਿਊਟ ਸੌਂਗ ਜੀ, ਡਿਊਟ ਸੌਂਗ ਹੈਗਾ ਇਹ, ਐਂਡ ਇਹਦੇ ਨਾਲ ਕੀ ਕੀਤਾ ਜੀ ਅਸੀਂ ਪੁਰਾਣੇ ਸਮੇਂ 'ਚ ਜਿੱਦਾਂ ਦੀਆਂ ਵੋਕਲਸ ਹੁੰਦੀਆਂ ਸੀ ਉਹੋ ਜਿਹੀਆਂ ਵੋਕਲਸ ਨਾਲ ਖੇਡਿਆ, ਬਟ ਜਿਹੜਾ ਮਿਊਜ਼ਿਕ ਹੈ ਉਹ ਅਰਬਨ ਹੈ। ਅੱਛਾ, ਹਾਂਜੀ। ਸੋ ਇਹ ਨਾਂ ਹੈਗਾ ਜੀ ਇਹਦਾ ਪੈਂਚਰ। ਅੱਛਾ, ਮੈਂ ਤੁਹਾਨੂੰ ਇਹ ਸੁਣਾਉਣਾ ਜੀ ਥੋੜ੍ਹਾ ਜਿਹਾ, ਸਟਾਰਟਿੰਗ ਹੁੰਦੀ ਹੈ ਕੁੜੀ ਦੀ। ਓਕੇ, ਉਹ ਕਹਿੰਦੀ ਹੈ ਜੀ, ਰਾਤ ਜਾਂਦੀ ਦੀ ਫੂਕ ਨਿਕਲ ਗਈ, ਰਾਤ ਜਾਂਦੀ ਦੀ ਫੂਕ ਨਿਕਲ ਗਈ, ਮੈਨੂੰ ਛੇਦੀ ਪਿੰਡ ਪਹੁੰਚਾ ਦੇ, ਉਹ ਮੇਰੇ ਲੇਡੀ ਸਾਈਕਲ ਤੇ ਬਾਬਾ ਜੀ ਹੁਣ ਤਾਂ ਪੈਂਚਰ ਲਾ ਦੇ, ਉਹ ਮੇਰੇ ਲੇਡੀ ਸਾਈਕਲ ਤੇ ਬਾਬਾ ਜੀ ਹੁਣ ਤਾਂ ਪੈਂਚਰ ਲਾ ਦੇ। ਅੱਛਾ, ਉਹ ਲਿਆ ਖੋਲ ਕੇ, ਲਿਆ ਖੋਲ ਕੇ ਚੈੱਕ ਕਰਾਂ ਮੈਂ ਆ ਕੀ ਹੋ ਗਿਆ ਵਾਕਾ, ਉਹ ਜਿਹਨੂੰ ਪੈਂਚਰ ਕਹਿੰਨੀ ਐ ਨੀ ਤੇਰਾ ਖੁੱਲਿਆ ਪਿਆ ਫੜਾਕਾ, ਉਹ ਜਿਹਨੂੰ ਪੈਂਚਰ ਕਹਿੰਨੀ ਐ ਨੀ ਤੇਰੀ ਟੂਪ ਪਾਟ ਗਈ ਸਾਰੀ। ਬਹੁਤ ਵਧੀਆ ਗੱਲ ਹੈ। ਅੱਛਾ, ਜਿਵੇਂ ਮੈਂ ਥੋੜ੍ਹੀ ਦੇਰ ਪਹਿਲਾਂ ਗੱਲ ਕੀਤੀ ਸੀਗੀ, ਜਿਵੇਂ ਤੁਸੀਂ ਆਪ ਯੂਥ ਦਾ ਹਿੱਸਾ ਹੋ ਅਤੇ ਯੂਥ ਸਭ ਤੋਂ ਜ਼ਿਆਦਾ ਇਸ਼ਕ ਦੇ ਨਾਲ ਜੁੜਦਾ ਹੀ ਜੁੜਦਾ ਹੈ, ਅਤੇ ਤੁਸੀਂ ਇਸ਼ਕ ਮੁਹੱਬਤ ਦੇ ਅਰਾਊਂਡ ਵੀ ਕੋਈ ਇਸ ਐਲਬਮ ਦੇ ਵਿੱਚ ਟਰੈਕ ਰੱਖਿਆ, ਕੀ ਕਹਿੰਦਾ ਉਹ ਗਾਣਾ? ਕੁਛ ਹੈ ਰੋਮਾਂਟਿਕ ਟਰੈਕ ਇਹਦੇ ਵਿੱਚ ਦੋ ਨੇ ਜੀ, ਐਂਡ ਅਸੀਂ ਦੋ ਜ਼ੋਨ ਸਿਲੈਕਟ ਕੀਤੇ ਨੇ। ਇੱਕ ਜ਼ੋਨ ਹੈ ਜੀ ਥੋੜਾ ਜਿਹਾ ਅਰਬਨ ਜ਼ੋਨ ਹੈ, ਐਂਡ ਇੱਕ ਥੋੜਾ ਜਿਹਾ ਪਿੰਡ ਵਾਲਿਆਂ ਦੀ ਗੱਲ ਹੈ। ਤੇ ਜਿਹੜਾ ਅਰਬਨ ਜ਼ੋਨ ਹੈ ਜੀ, ਉਹ ਗਾਣੇ ਦਾ ਨਾਂ ਹੈ ਦੀਦ, ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਓਕੇ, ਸੋ ਇਹ ਹੈ ਜੀ, ਹੋ ਤੇਰੀ ਦੀਦ ਦੇ ਧਿਆਏ ਦੋ ਨੈਣ, ਤੈਨੂੰ ਵੇਖਿਆ ਬਿਨਾ ਨਾ ਹੁਣ ਰਹਿਣ, ਨੀ ਦੱਸ ਕੀ ਕਰੀਏ, ਹਾਏ ਨੀ ਦੱਸ ਕੀ ਕਰੀਏ, ਤੇਰੇ ਉੱਤੋਂ ਜਿੰਦ ਨਹੀਂ ਮੈਂ ਵਾਰ ਦੇਵਾਂ, ਹੋਏ ਭਾਵੇਂ ਮੁੱਲ ਪਿਆਰ ਦਾ ਜੇ ਮੇਰੀ ਹੋ ਜਾਵੇ, ਉਹ ਰਾਹਾਂ ਬਣ ਕੇ ਮੈਂ ਤੇਰਾ ਨਾ ਕੋਈ ਦੇਵਾਂ ਦੁੱਖ ਸੈਨ, ਉਹ ਤੇਰੀ ਦੀਦ ਦੇ ਧਿਆਏ ਦੋ ਨੈਣ, ਤੈਨੂੰ ਵੇਖਿਆ ਬਿਨਾ ਨਾ ਹੁਣ ਰਹਿਣ, ਨੀ ਦੱਸ ਕੀ ਕਰੀਏ, ਹਾਏ ਨੀ ਦੱਸ ਕੀ ਕਰੀਏ। ਐਂਡ ਜਿਹੜਾ ਦੂਸਰਾ ਗਾਣਾ ਜੀ, ਉਹ ਮੈਂ ਵੀ ਬਹੁਤ ਲਾਈਕ ਕਰਦਾ। ਅੱਛਾ, ਉਹ ਹੈ ਜੀ ਬਨੇਰਾ ਟਰੈਕ। ਅੱਛਾ, ਕਿ ਜਿੱਦਾਂ ਬਨੇਰੇ ਤੇ ਖੜਾ ਬੰਦਾ ਜਾਂ ਮੁੰਡਾ ਕੀ ਕਹਿੰਦਾ ਜੀ, ਕਹਿੰਦਾ ਹੋ ਜੱਟ ਖੜਾ ਬਨੇਰੇ ਤੇ ਤੂੰ ਤੱਕਦੀ ਕਿਉਂ ਨਹੀਂ, ਉਹ ਤੈਨੂੰ ਦਿਲ ਚ ਵਸਾਉਣਾ ਓਏ ਤੂੰ ਵਸਦੀ ਕਿਉਂ ਨਹੀਂ, ਹੋ ਮੈਨੂੰ ਖੜਾ ਵੇਖ ਬਾਰ ਨੀ ਤੂੰ ਆਵੇਂ ਵਾਰ ਵਾਰ, ਜੇ ਤੇਰੇ ਦਿਲ ਚ ਪਿਆਰ ਤੂੰ ਹੱਸਦੀ ਕਿਉਂ ਨਹੀਂ, ਉਹ ਜੱਟ ਖੜਾ ਬਨੇਰੇ ਤੇ ਤੂੰ ਹੱਸਦੀ ਕਿਉਂ ਨਹੀਂ, ਉਹ ਤੈਨੂੰ ਕਾਲਾਂ ਕਰ ਹਾਰੇ ਤੂੰ ਚੱਕਦੀ ਕਿਉਂ ਨਹੀਂ, ਉਹ ਜੱਟ ਖੜਾ ਬਨੇਰੇ ਤੇ ਤੂੰ ਤੱਕਦੀ ਕਿਉਂ ਨਹੀਂ। ਬਹੁਤ ਵਧੀਆ। ਅੱਛਾ ਕਰਨ, ਦੇਖੋ ਜਿਵੇਂ ਤੁਸੀਂ ਆਪ ਮਿਊਜ਼ਿਕ ਗਾਉਂਦੇ ਹੋ, ਕਈ 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 ਬੰਦੇ ਗਾਉਂਦੇ ਹੁੰਦੇ ਆ, ਕਈ ਬੰਦੇ ਲਿਖਦੇ ਵੀ ਆਪ ਹੈਗੇ ਆ, ਕੁਛ ਲਿਖਣ ਦਾ ਵੀ ਰਹਿੰਦਾ ਤੁਹਾਨੂੰ ਸ਼ੌਕ?
हाँ जी, सिर्फ जेड़ा खड़का गाना है जी, ओहो प्रीति सीलों जी दा जी, बाकी सारे गाने मेरे खुद ही लिखे। अरे वाह जियो। अच्छा ते देखो एक और बड़ी खास गल होंदी है, तुसी जिद्दा दी गायकी गाउने हो बंदे दा अपना भी एक शौक हुंदा है यार, मैं ए सिंगर नूं सब तो वध सुनना हैगा या सुनदा रहा है, ते करण किहनूं सब तो वध सुनदा रहा? देखो जी मैं मोस्टली सिंगर्स नूं सुनदा ही रहिंदा जी। अच्छा। आ कोई नहीं कि मैं इन्हां नूं वध सुनना है या इन्हां नूं वध सुनना है। जिदा पुराने गाने मान साहब हो गए, जगमोहन कौर जी हो गए, ठीक है जी, मतलब कि जिन्हें भी मैनू चंगे गाने लगते ने सारे मैं उन्होंने सुनता ही है जी। ओके हाँ जी। पर फिर भी ऐ होंगे ना यार, ये बंदे का गाना है, अच्छा आ गया नवा यार, मैं जरूर पता देखा तो यार की नवा लैके आया है, एक तलब जी होंगी है, खास कोई होंगे। मान साहब का वाला फैन है जी मैं, गुरदास मान साहब जी का। अरे बाबे ने कमाल ही है। अरे वाकई। अच्छा जे तुहाडियां आपणियां खास ख्वाहिशां दी गल मैं जिवें करां, चॉइसिस दी गल करां, लास्ट फिल्म केड़ी देखी है जिहड़ी अग लगी होवे, अत लगी होवे, यार क्या फिल्म बनाई है, केड़ी देखी सी लास्ट? मज़ा आया, पूरे पैसे वसूल होए, दुगने ही हो गए। लास्ट मूवी जी जिहड़ी सब तो वधिया मैनूं लगी हुण तक दी, मतलब कि हुण तक ते नहीं, जिहड़ी देखी ते बहुत वधिया लगी, ओह सीगी मैनूं अंग्रेज मूवी बड़ी वधिया लगी जी। हाँ अमरिंदर गिल होना दी। बिकॉज़ हुण जिद्दां तुसीं गल कीती तां सारियां मूवीज़ दिमाग दे विच चलन लग गईआं, किद्दां किद्दां केड़ी। हाँ 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 हाँ। अंग्रेज मूवी एक मैनूं बहुत वधिया और हटके भी सी कॉन्सेप्ट है ना, बहुत हटके जी। अरे वाके वाके वाके। ते ओ चीज़ां दे विच जिवें हुण तुसीं आप एक्टिंग नूं देखदे हो है ना, ते किसे दी अदाकारी नूं देखदे हो, तां परख बंदा नाल दी नाल परख भी रहा हुंदा हैगा। अच्छा केड़ा केड़ा एक्टर तुहाडा फेवरेट हैगा? अगर मैं बॉलीवुड दी गल करां तां पंजाबी मूवीज़ दी सी, पर फिर भी जे बॉलीवुड च केड़ा एक्टर दे दीवाने हो तुसीं यार? बॉलीवुड जी मैनूं सैफ अली खान, नवाजुद्दीन सिद्दीकी, ये सारे संजय दत्त, इन्हां दी जिहड़ी एक्टिंग है, जो इन्हां दी गर्म जोशी है, जो इन्हां दा स्टाइल है, अनिल कपूर जी, सारे वधिया लगदे ने जी। चलो गुड है। ते तुहाडियां चॉइसां नहीं इह, ते बहुत लोग ऐसे है जिहड़े तुहाडे गाने सुन के तुसीं उहनां दी चॉइस बणोगे, ते जांदे जांदे अपने लिसनर्स दे लई जिहड़े तुहानूं माय एफएम ते सुन रहे आ, अपने वल्लों खास मैसेज उहनां लई देणा चाहो तां? मैं जी सारिआं नूं इही कहना चाहुंदा कि चंगा सुनो, एंड जो चंगा तुहानूं लगदा है उहनूं सपोर्ट करो, एंड उहनूं अगे वधाओ, सो दैट ये जिहड़ियां चीज़ां ने जो हुण सिस्टम चलता पिया कि हाँ जी आ नहीं होना चाहिए, कुड़ियाँ बड़ियाँ खफा ने या ड्रग अब्यूज़ हो रहा, कुछ भी हो रहा, उस चीज़ तो थोड़ा जहा राहत मिले, सो चंगा सुनो एंड चंगा बोलो। फेसबुक पर भी हो? हाँ जी जरूर। किस नाम का पेज है? मेरा जी करण गिल वोल नाम का पेज है जी। अच्छा हाँ जी। तो चलो गुड है। तो करण साढ़े वालों बहुत बहुत शुभकामनावां, इदा ही चढ़दिया कलावान के रहो। अज आप इतने अपन गलों को पॉज करते हैं, अगली बार इतों ही चकांगे, मुलाकात फिर होएगी। थैंक यू। लो जी बेहतरीन गाने भी नाल दी नाल चलते रहेंगे, सुनते रहो माय एफएम जियो दिल से।